ਅਪੈਂਡਿਕਸ ਦਾ ਆਪਰੇਟ ਇਹਦੇ ਅਪੈਂਡਿਕਸ ਦਾ ਦਰਦ ਉੱਠਿਆ ਸੀਗਾ ਅਸੀਂ ਸਰਜਨ ਬੁਲਾਇਆ ਸੀ ਡਾਕਟਰ ਗੁਰਰਾਜ ਹੀਜ਼ ਐਮ ਐਸ ਲੈਪਰੋਸਕੋਪੀ ਸਰਜਨ ਹੈ ਬਹੁਤ ਇੰਟੈਲੀਜੈਂਟ ਹੈ ਉਹਨਾਂ ਨੇ ਸਰਜਰੀ ਕੀਤੀ ਬੱਚੀ ਇੱਥੇ 4-5 ਦਿਨ ਦਾਖਲ ਰਹੀ 2 ਦਿਨ ਫਾਲਤੂ ਹੀ ਰੱਖਿਆ ਸੀ ਵੀ ਇਹਦੇ ਕੰਮ ਦੇ ਵਿੱਚ ਕੋਈ ਕਮੀ ਪੇਸ਼ੀ ਨਾ ਰਹੇ ਉਹਦੇ ਬਾਅਦ ਚੋਂ ਬੱਚੀ ਘਰ ਚਲੀ ਗਈ ਘਰ ਜਾ ਕੇ ਇਹਨੂੰ ਉਸ ਦਿਨ ਜਾਂ ਅਗਲੇ ਦਿਨ ਜਦੋਂ ਵੀ ਪ੍ਰੋਬਲਮ ਆਈ ਹੈ ਕੋਈ ਇਹਦੇ ਦਰਦ ਹੋਇਆ ਮੈਂ ਕਿਹਾ ਤੁਸੀਂ ਪਹੁੰਚੋ ਮੈਂ ਹੁਣ ਇਮੀਡੀਏਟਲੀ ਸਰਜਨ ਨੂੰ ਬੁਲਾਉਂਗਾ ਸਰਜਨ ਹਾਜ਼ਰ ਹੋ ਗਏ ਸਰਜਨ ਨੇ ਦੇਖ ਕੇ ਗੱਲ ਕਲੀਅਰ ਕੀਤੀ ਵੀ ਅਪੈਂਡਿਕਸ ਵਾਲਾ ਆਪਰੇਟ ਸਹੀ ਹੈ ਇਹਦਾ ਇਹਨੂੰ ਨਾਲ ਪਰਫੋਰੇਸ਼ਨ ਹੋਈ ਹੋਈ ਹੈ ਕਈ ਵਾਰ ਸੈਕਿੰਡ ਕੇਸ ਹੋ ਜਾਂਦਾ ਹੁੰਦਾ ਵਿੱਚੋਂ ਆਪਰੇਟ ਦੀ ਨੌਬਤ ਆ ਜਾਂਦੀ ਹੈ ਸੈਕਿੰਡ ਦੀ ਵੀ ਬੰਦੇ ਗਰੀਬ ਆ ਆਪਾਂ ਇਹਨੂੰ ਬੈਟਰ 32 ਚ ਕਰ ਦਈਏ ਰੈਫਰ ਡਾਕਟਰ ਸਾਹਿਬ ਨੇ ਇਹਨੂੰ ਲੈਟਰ ਦੇ ਕੇ 32 ਚ ਭੇਜਿਆ ਬੱਚੀ ਬਿਲਕੁਲ ਫੁੱਲ ਐਂਡ ਮੇਨਟੇਨ ਐਂਡ ਸਹੀ ਹੋ ਗਈ ਆ ਇੱਕ ਆਪਰੇਸ਼ਨ ਵਜਾ ਦੂਜੇ ਆਪਰੇਸ਼ਨ ਉੱਤੇ ਇੱਥੇ ਡਾਕਟਰ ਦਾ ਕੋਈ ਰੋਲ ਨਹੀਂ ਜਿਹੜੀ ਉਹ ਐਲੀਗੇਸ਼ਨ ਲਾ ਰਹੇ ਨੇ ਗਲਤ ਨਾੜਵੇ ਗੱਟੀਆਂ ਉਹਨੂੰ ਡਾਕਟਰ ਨੇ ਉਹ ਲਿਖੀ ਹੋਈ ਦਿਖਾ ਦੇਣ ਸਾਨੂੰ ਤਾਂ ਸਰਜਨ ਦੀ ਡਿਗਰੀ ਕੈਨਸਲ ਕਰ ਦੋ ਜੋ ਸਾਨੂੰ 32 ਵਿੱਚ ਉਹ ਦਿਖਾ ਦੇਣ ਵੀ ਇਹਦੀ ਕੋਈ ਨਾੜ ਗਲਤ ਕੱਟੀ ਹੋਈ ਆ ਉਹ ਦਿਨ ਸਰਜਨ ਆਪਣੇ ਆਪ ਰਿਸਪੋਨਸਿਬਲ ਹੋ ਸਕਦਾ ਹੈ ਆਪਰੇਟ ਹੋ ਸਕਦਾ ਹੈ ਆਪਰੇਟ ਹੈ ਕਹਿੰਦੇ ਜੀ ਕੋਈ ਬਾਹਰੋਂ ਨਹੀਂ ਆਇਆ ਵੀ ਤੁਸੀਂ ਆਪ ਆਪਰੇਸ਼ਨ ਕੀਤਾ ਜੀ ਮੈਂ ਕੀਤਾ ਵਾਹ ਉਹ ਫਾਈਲ ਦੀ ਕਾਕੇ ਲਿਓ ਤੁਹਾਨੂੰ ਦਿਖਾਵਾਂ ਮੈਂ ਆਪਰੇਟ ਕਿੱਥੋਂ ਕਰ ਲੂੰਗਾ ਕਹੀ ਗੱਲ ਕਰਦੇ ਹੋ ਮੈਂ ਇੱਕ ਬੀਐਮ ਡਾਕਟਰ ਜਨਰਲ ਪ੍ਰੈਕਟਿਸ ਕਰਦਾ ਹਾਂ ਡਾਕਟਰ ਗੁੰਦਾ ਜਾ ਕੇ ਸਰਜਨ ਕਰ ਕੋਲ ਇੱਥੇ ਹੋਊਗੀ ਸਰ ਫਾਈਲ ਸਰ ਤੁਹਾਡੇ ਹਸਪੀਟਲ ਚ ਆਪਰੇਟ ਹੋ ਸਕਦਾ ਬਿਲਕੁਲ ਹੋ ਸਕਦਾ ਮੇਰੇ ਕੋਲ ਓਟੀ ਹੈਗੀ ਆ ਮੇਰੇ ਕੋਲ ਉਹ ਮਸ਼ੀਨਾਂ ਹੈਗੇ ਜਿਹੜੀ ਇੱਥੇ ਆਮ ਡਾਕਟਰਾਂ ਕੋਲ ਨਹੀਂ ਹੈਗੇ ਮੇਰੇ ਕੋਲ ਸੀਆਨ ਮਸ਼ੀਨ ਵੀ ਰੈਗੂਲਰ ਡਾਕਟਰ ਕੌਣ ਕੌਣ ਪੈਂਦੇ ਨੇ ਜੀ ਡਾਕਟਰ ਗੁੰਦਰਾਜ ਆਉਂਦੇ ਆ ਮੇਰੇ ਕੋਲ ਡਾਕਟਰ ਧਰਮਪਾਲ ਵੀ ਆ ਕੇ ਆਪਰੇਟ ਕਰਕੇ ਗਏ ਹੋਏ ਆ ਡਾਕਟਰ ਰੰਦਾਵਾ ਪੀਜੀਆਈ ਦੇ ਵਿੱਚੋਂ ਆਪਣੇ ਲੈਪਰੋਸਕੋਪੀ ਯੂਰੋਲੋਜਿਸਟ ਉਹ ਵੀ ਆਉਂਦੇ ਆ ਮੇਰੇ ਕੋਲ ਓਟੀ ਬਹੁਤ ਵਧੀਆ ਤੁਹਾਡਾ ਕੋਈ ਫਾਲਟ ਨਹੀਂ ਜੀ ਉਹ ਕਹਿੰਦੇ ਤੁਹਾਡੇ ਹੁੰਦੇ ਸੀ ਤੁਸੀਂ ਹਫਤਾ ਬਣਾਉਣ ਲਈ ਦਵਾ ਕਰਕੇ ਗਏ ਉੱਥੇ ਪਾ ਕੇ ਗਏ ਹੁੰਦੇ ਮੇਰੀ ਗੱਲ ਸੁਣੋ ਕੱਲ ਤੱਕ ਮੈਨੂੰ ਕੋਈ ਨਹੀਂ ਮਿਲੇ ਨਾ ਮੈਨੂੰ ਕੱਲ ਤੱਕ ਗੱਲ ਪਤਾ ਸੀ ਇੰਨੇ ਦਿਨ ਦੀ ਗੱਲ ਅੱਜੇ ਕਿਉਂ ਆਈ ਹੈ ਅਪਰੇਟ ਤੋਂ ਬਾਅਦ ਇੱਕ ਵਾਰੀ ਵੀ ਉਹਨਾਂ ਦਾ ਕੋਈ ਬੰਦਾ ਮਿਲਿਆ ਇੱਕ ਵਾਰੀ ਵੀ ਕਿਸੇ ਨੇ ਗੱਲ ਕੀਤੀ ਹੈ ਮੈਨੂੰ ਦੱਸ ਦਿਓ ਇੱਕ ਵਾਰੀ ਵੀ ਹੁਣ ਤੱਕ ਵੀ ਨਹੀਂ ਕੋਈ ਮਿਲਿਆ ਉਹਨੇ ਸਕੈਨ ਦੀ ਇੱਕ ਦਿਖਾਈ ਸੀ ਉਹਦੇ ਕੋਈ ਡੇਟ ਦੀ ਕਟਿੰਗ ਕੀਤੀ ਹੈ ਤੇ ਲੜਕੀ ਦੀ ਏਜ ਦੀ ਵੀ ਕੋਈ ਡਿਫਰੈਂਸ ਆ ਉਹਦਾ ਸਾਡੇ ਨਾਲ ਕੋਈ ਤਾਲੁਕ ਨਹੀਂ ਹੁੰਦਾ ਜੀ ਉਹਨਾਂ ਦਾ ਤਾਲੁਕ ਉਹ ਤਾਂ ਤੁਸੀਂ ਮੀਟਿੰਗ ਵਾਲੇ ਆਪੇ ਫੜ ਲਓ ਗੱਲ ਨੂੰ ਉਹ ਤੁਸੀਂ ਆਪ ਸਮਝਾ ਦੋ ਉਹ ਚ ਸਾਡਾ ਕੋਈ ਰੋਲ ਆ ਮੈਨੂੰ ਦੱਸੋ ਹਾਂ ਜੀ ਅੱਗੇ ਕੰਮ ਹੁੰਦਾ ਦੂਜਾ ਅਗਲੇ ਦਾ ਸਮਾਨ ਅਗਲੇ ਹੁੰਦੇ ਨਾ ਅਸੀਂ ਕੋਲੋਂ ਨੇ ਰੱਖਣਾ ਲੈ ਜੀ ਅਸੀਂ ਸਾਡੀ ਕੁੜੀ ਦੇ ਦਰਦ ਨੂੰ ਦੱਸ ਗਿਆ ਜੀ ਅਸੀਂ ਇਹ ਡਾਕਟਰ ਸਾਹਿਬ ਕੋਲੇ ਕੁੜੀ ਨੂੰ ਲੈ ਕੇ ਆਏ ਹਾਂ ਕਦੋਂ ਲੈ ਕੇ ਆਏ ਸੀ ਅਸੀਂ 5 ਤਰੀਕ ਨੂੰ ਲੈ ਕੇ ਆਏ ਸੀ ਜੀ 10ਵੇਂ ਮਹੀਨੇ ਹੁਣ ਕੀ ਪ੍ਰੋਬਲਮ ਆਈ ਹੈ ਇਹਨਾਂ ਨੇ ਜੀ ਮੈਂਟਰ ਸਾਨੂੰ ਸਕੈਨ ਨੂੰ ਭੇਜਿਆ ਸੀਗਾ ਸਮੀਤਾ ਸੈਂਟਰ ਵਾਲੇ ਸਮੀਤਾ ਸੈਂਟਰ ਵਾਲੇ ਸਕੈਨ ਕੋਲੇ ਭੇਜਿਆ ਸੀਗਾ ਜਾ ਅਸੀਂ ਕੋਲ ਅਸੀਂ ਲੈ ਕੇ ਆਏ ਅਤੇ ਉਹਨਾਂ ਨੇ ਸਾਨੂੰ ਕਹਿੰਦਾ ਸਕੈਨ ਕਰਾ ਕੇ ਜਾਓ ਕੁੜੀ ਦੇ ਦਰਦ ਅਤੇ ਉਹ ਸੁਵਿਧਾ ਸੈਂਟਰ ਵਾਲਿਆਂ ਨੇ ਸਾਨੂੰ ਸਕੈਨ ਕਰਕੇ ਦੱਸਿਆ ਵੀ ਤੁਹਾਡੀ ਕੁੜੀ ਦੀ ਨਾੜ ਫਟ ਗਈ ਵੀ ਜਲਦੀ ਜਾ ਕੇ ਆਪਰੇਸ਼ਨ ਕਰਾ ਲਓ ਨਾੜ ਕਿਹੜੀ ਫਟੀ ਨਾੜ ਪੈਣ ਟੈਂਕ ਸਰ ਅਤੇ ਫਿਰ ਹੁਣ ਕੀ ਮਸਲਾ ਵੀ ਧਰਨ ਲਾਈ ਉਹਦੇ ਅਸੀਂ ਜੀ ਇਨਸਾਫ ਹੋਣਾ ਚਾਹੀਦਾ ਜੀ ਕਿਸੇ ਕੀ ਗਲਤੀ ਡਾਕਟਰ ਸਾਹਮਣੇ ਡਾਕਟਰ ਨੇ ਜੀ ਲੈਟਰੀਨ ਵਾਲੀ ਨਾੜ ਕੱਟੀ ਜੀ ਪੁਸ਼ਟੀ ਕਿਹਨੇ ਕੀਤੀ ਇਹਦੀ ਇਹ ਡਾਕਟਰ ਸਾਹਿਬ ਨੇ ਜੀ ਇਹਨਾਂ ਨੇ ਸਾਨੂੰ ਉੱਥੋਂ ਬਰਤੀ ਤੋਂ ਦੱਸਿਆ ਜੀ ਉਹਨਾਂ ਨੇ ਵੀ ਇਹਦੀ ਲੈਟਰੀਨ ਵਾਲੀ ਚੰਡੀਗੜ੍ਹ ਬਰਤੀ ਚ ਗਿਆ ਸੀ ਇਹਨਾਂ ਨੇ ਰੈਫਰ ਲੜਕੀ ਸਾਡੀ ਪਿੰਡ ਆ ਜੀ ਇੰਨੇ ਪੈਸੇ ਲਏ ਉਹਨੇ ਸਾਰੇ ਟ੍ਰੀਟਮੈਂਟ ਦੇ ਇਹਨੇ ਸਾਡੇ ਤੋਂ 35,000 ਰੁਪਇਆ ਲਿਆ ਸਾਨੂੰ ਪਤਾ ਲੱਗਿਆ ਕੁਛ ਹਸਪਤਾਲ ਦਾ ਵੀ ਦਬਾਅ ਬਣਾ ਰਹੇ ਹਾਂਜੀ ਹਾਂਜੀ ਸਾਡੇ ਉੱਥੇ ਪਿੰਡ ਪਾਉਂਦੇ ਇਹਨਾਂ ਦੇ ਬੰਦੇ ਆ ਗਏ ਕੀ ਕਹਿ ਰਹੇ ਉਹ ਸਾਨੂੰ ਆਹੀ ਕਹਿੰਦੇ ਸੀ ਵੀ ਸਾਡੇ ਨਾਲ ਫੈਸਲਾ ਕਰ ਦਿਓ ਡਾਕਟਰ ਸਾਹਿਬ ਆਪ ਹੀ ਆਏ ਸੀ ਨਹੀਂ ਡਾਕਟਰ ਸਾਹਿਬ ਨਹੀਂ ਗਏ ਇਹਦੇ ਭਰਾ ਆਏ ਸੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਪੰਜਾਬ ਤੋਂ ਜੀ ਕਿਸੇ ਹੋਰ ਦੀ ਨਾ ਕਿਸੇ ਜ਼ਿੰਦਗੀ ਖਰਾਬ ਜਾਂ ਕੁੜੀ ਕੰਪਲੇਂਟ ਕੀਤੀ ਹੈ ਜੀ ਹਾਂਜੀ ਅਸੀਂ ਕੰਪਲੇਂਟ ਅਸੀਂ ਆਈ ਜੀ ਤਾਂ ਅਸੀਂ ਦੂਜਿਆਂ ਨੇ ਕੀ ਹੋਇਆ ਕੀ ਸੀਗਾ ਜੀ ਦਰਦ ਹੋ ਰਿਹਾ ਸੀ ਨੋਰਮਲ ਇਹਨਾਂ ਨੇ ਕੋਲੇ ਅਸੀਂ ਲੈ ਕੇ ਆਏ ਸੀ ਇਹਨਾਂ ਨੇ ਕਹਿੰਦੇ ਵੀ ਸਕੈਨ ਕਰਾ ਲਿਆ ਉਹ ਸਕੈਨ ਕਰਾਉਣ ਗਏ ਅਤੇ ਗੁੱਡੀ ਅਸੀਂ ਜਦ ਲਿਆ ਕੇ ਸਕੈਨ ਕਰਾ ਕੇ ਇੱਥੇ ਆਏ ਇਹ ਜਾਂਦੇ ਕਹਿੰਦੇ ਵੀ ਗੁੱਡੀ ਦਾ 2 ਘੰਟੇ ਦੀ ਹੋਈ ਆ ਵੀ ਗੁੱਡੀ ਦੀ ਜਾਨ ਨੂੰ ਖਤਰਾ ਹੈ ਜਦ ਅਸੀਂ ਗੁੱਡੀ ਦੇ ਕਹਿੰਦੇ ਆਪਰੇਸ਼ਨ ਇਸ ਕਰਕੇ ਕੋਈ ਗੱਲ ਨਹੀਂ ਵੀ ਗੁੱਡੀ ਦੀ ਜਾਨ ਬਚਾ ਲਓ ਆਪਰੇਸ਼ਨ ਕਰ ਲਓ ਅਤੇ ਇਹਨਾਂ ਨੇ ਆਪਰੇਸ਼ਨ ਦੇ ਵਿੱਚ ਲੈਟਰੀਨ ਵਾਲੀ ਨਾੜ ਕੱਟਤੀ ਹੈ ਅਤੇ 5 ਦਿਨ ਗੁੱਡੀ ਮੇਰੀ ਪਾ ਕੇ ਰੱਖੀ ਆ ਅਤੇ ਇਹਨਾਂ ਨੇ ਉਹ ਨਹੀਂ ਦੇਖੀ ਪੱਟੀ ਖੋਲ੍ਹ ਕੇ ਦੇਖੀ ਅਤੇ ਗੁੱਡੀ ਦੀ ਲੈਟਰੀਨ ਟਾਂਕਿਆਂ ਰਾਹੀਂ ਜਾਣ ਆਪਰੇਸ਼ਨ ਕਿੱਥੋਂ ਹੋਇਆ ਸੀਗਾ ਆਪਰੇਸ਼ਨ ਪੱਤਰ ਜੀ ਇਹਨਾਂ ਨੇ ਕਰਿਆ ਜੈਪਾਲ ਰੋਤਰੀ ਇਹਨਾਂ ਨੇ ਕਰਿਆ ਕਿੰਨੇ ਦਿਨ ਦਾਖਲ ਰਹੀ 5 ਦਿਨ ਦਾਖਲ ਤੁਸੀਂ ਕੀ ਮੰਗ ਕਰਦੇ ਹੋ ਸਾਫ਼ ਹੋਣਾ ਚਾਹੀਦਾ ਜੀ ਇਹ ਕਿਸੇ ਦੀ ਮੇਰੀ ਬੇਟੀ ਦੀ ਜ਼ਿੰਦਗੀ ਜਿਵੇਂ ਖਰਾਬ ਕਰਤੀ ਨਾ ਮੇਰੀ ਬੇਟੀ ਪੜ੍ਹਨ ਜੋਗੀ ਛੱਡੀ ਆ ਅਤੇ ਨਾ ਮੇਰੀ ਬੱਚੀ ਗਾਂ ਜਾਣ ਜੋਗੀ ਛੱਡੀ ਆ ਕਿਸੇ ਦੇ ਵੀ ਕਿਸੇ ਹੋਰ ਵੀਰ ਭਰਾ ਨਾ ਕਿਸੇ ਨੇ ਐਸੇ ਹੋ ਵੀ ਮੇਰੀ ਬੱਚੀ ਦੀ ਜ਼ਿੰਦਗੀ ਜਿਵੇਂ ਖਰਾਬ ਆ ਅਤੇ ਅਸੀਂ ਕਿਸੇ ਬੱਚੀ ਨੂੰ ਆਪਣੀ ਨੂੰ ਵਿਆਹ ਕਰ ਵੀ ਨਹੀਂ ਸਕਦੇ ਹੈਗੇ ਇਸ ਦੀ ਮੇਰੀ ਬੱਚੀ ਦੀ ਜਿਵੇਂ ਅਸੀਂ ਗਰੀਬ ਹੈ ਸਾਡਾ ਇਹ ਖੈੜ ਜੋਗੇ ਵਾਲਾ ਕੰਮ ਇਹਨਾਂ ਨੇ ਸਾਡਾ ਜਮੀ ਉਹ ਕਰ ਦਿੱਤਾ ਇਨਸਾਫ ਚਾਹੀਦਾ ਸਾਨੂੰ ਤਾਂ ਛੱਡ ਦੀ ਤੇ ਡਾਕਟਰ ਨੇ ਕਿਹਾ ਵੀ ਨਹੀਂ ਕਿਹਾ ਹੈਗਾ ਸਾਨੂੰ ਵੀ ਇਹ ਕੀ ਹੋ ਗਿਆ ਇਹਨੇ ਆਪਦੀ ਆਪ ਦਾ ਉਹ ਕਰਕੇ